ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੋ ਉਮੀਦ ਕਰਦਾ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਗੇ, ਤੰਦਰੁਸਤ ਹੋਵੋਗੇ ਅਤੇ ਬਹੁਤ ਜ਼ਿਆਦਾ ਖੁਸ਼ ਹੋਵੋਗੇ। ਸੋ ਅੱਜ ਦੀ ਵੀਡੀਓ 'ਚ ਆਪਾਂ ਡਿਸਕਸ ਕਰਾਂਗੇ ਜੀ ਕੈਨੇਡਾ ਦਾ ਕੀ ਅਪਡੇਟ ਹੈ, ਪੀ ਪੀ ਆਰ ਦਾ ਕੀ ਟ੍ਰੈਂਡ ਚੱਲ ਰਿਹਾ, ਬੈਕਲੋਗ 'ਤੇ ਕੰਮ ਹੋਏ ਆ ਕਿੰਨਾ ਕੁ ਹੋਇਆ ਅਤੇ ਕਿੰਨਾ ਕੁ ਰਹਿ ਗਿਆ, ਅਤੇ ਸੈਪਟੈਂਬਰ ਇਨਟੇਕ, ਕੋਰਸ ਚੇਂਜ, ਕੈਂਪਸ ਚੇਂਜ, ਲੋਕੇਸ਼ਨ ਚੇਂਜ, ਅਤੇ ਪੀ ਪੀ ਆਰ ਪੋਲਿਸੀ, ਡੈਫਰਲ ਪੋਲਿਸੀ, ਰਿਫੰਡ ਕਰਨਾ ਚਾਹੀਦਾ, ਵਿਦਡਰਾਅ ਕਰਨਾ ਚਾਹੀਦਾ, ਜੈਨ ਇਨਟੇਕ ਲੈਣਾ ਚਾਹੀਦਾ, ਜਾਂ ਫਿਰ ਥੋੜ੍ਹਾ ਜਿਹਾ ਹੋਰ ਵੇਟ ਕਰਕੇ ਆਪਾਂ ਨੂੰ ਮੇਨ ਇਨਟੇਕ ਦੀ ਵੀ ਥੋੜ੍ਹੀ ਜਿਹੀ ਆਪਾਂ ਨੂੰ ਖਦਸਾ ਪ੍ਰੋਬਲਮ ਆ ਸਕਦੀ ਵੀ ਸ਼ਾਇਦ ਆਪਾਂ ਨੂੰ ਮੇਨ ਇਨਟੇਕ ਵੀ ਨਾ ਮਿਲੇ। ਸੋ ਵੀਡੀਓ ਬਹੁਤ ਇੰਪੋਰਟੈਂਟ ਹੈ ਕਿਉਂਕਿ ਬਹੁਤ ਬੱਚਿਆਂ ਦੇ ਕਮੈਂਟਸ ਆਏ ਸੀਗੇ, ਸੋ ਫੋਨ 'ਤੇ ਵੀ ਬਹੁਤ ਕੁਝ ਮੈਸੇਜ ਵਗੈਰਾ ਆਏ ਹੋਏ ਨੇ ਬੱਚੇ ਦੇ ਕਿ ਸਾਨੂੰ ਇਸ ਦੇ ਅਪਡੇਟ ਜ਼ਰੂਰ ਦਿਓ। ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਇਸ ਵੀਡੀਓ 'ਚ ਤੁਹਾਨੂੰ ਏ ਟੂ ਜ਼ੈਡ ਸਾਰਾ ਕੁਝ ਇਨਫੋਰਮੇਸ਼ਨ ਦੇ ਦਾਂ ਅਤੇ ਤੁਹਾਨੂੰ ਹੋਰ ਕਿਤੇ ਭੜਕਣ ਦੀ ਲੋੜ ਨਾ ਪਵੇ, ਹੋਰ ਕਿਤੇ ਤੁਹਾਨੂੰ ਕੋਈ ਆਪਣਾ ਕੰਸਰਨ ਦੱਸਣ ਦੀ ਕਿਸੇ ਨੂੰ ਲੋੜ ਨਾ ਪਵੇ। ਤਿੰਨ ਚਾਰ ਦਿਨ ਪਹਿਲਾਂ ਐਕਸੀਡੈਂਟ ਹੋ ਗਿਆ ਸੀਗਾ, ਮੈਂ ਆਲਰੇਡੀ ਦੱਸਿਆ ਹੋਇਆ ਵੀਡੀਓ 'ਚ, ਸੋ ਟੀਮ ਨੇ ਦੱਸਿਆ ਸੀਗਾ ਅਤੇ ਮੈਂ ਹੁਣ ਕੰਪਲੀਟਲੀ ਫਾਈਨ ਹਾਂ, ਮੈਂ ਬਿਲਕੁਲ ਸਹੀ ਹਾਂ, ਵਾਹਿਗੁਰੂ ਦੀ ਕਿਰਪਾ ਸਦਕਾ ਅਤੇ ਥੋੜ੍ਹਾ ਪਿਆਰ ਮੁਹੱਬਤ ਸਦਕਾ ਠੀਕ ਹਾਂ। ਥੋੜ੍ਹਾ ਜਿਹਾ ਬਚ ਗਿਆ ਗੋਡਾ, ਅਗਰ ਫਰੰਟ 'ਤੇ ਹੁੰਦਾ ਤਾਂ ਜ਼ਿਆਦਾ ਹੋ ਸਕਦਾ ਸੀਗਾ, ਤਾਂ ਪਛਤਾਉਣ ਨਾਲ ਕੋਈ ਫਾਇਦਾ ਨਹੀਂ, ਬੈਟਰ ਹੀ ਹੋਇਆ, ਜੋ ਹੋਇਆ ਚੰਗਾ ਨਹੀਂ ਹੋਇਆ, ਜੋ ਬਾਬੇ ਨੂੰ ਵਾਹਿਗੁਰੂ ਨੂੰ ਮਨਜ਼ੂਰ। ਸੋ ਕੋਈ ਪ੍ਰੋਬਲਮ ਆਉਂਦੀ ਹੈ, ਪਹਿਲੀ ਗੱਲ ਤਾਂ ਇਹ ਵੀਡੀਓ ਤੁਸੀਂ ਸ਼ੁਰੂ ਕਰ ਲਈ ਬੱਚੇ, ਹੁਣ ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਹੈ ਨਾ ਕਿਸੇ ਵੀ ਚੀਜ਼ ਨੂੰ ਲੈ ਕੇ, ਤੁਸੀਂ ਇਸ ਦੇ ਉੱਤੇ ਤੁਸੀਂ ਜਲਦੀ ਜਲਦੀ ਕਮੈਂਟ ਕਰੋ, ਉਹਨਾਂ ਕੋਲ ਤੁਸੀਂ ਵੀਡੀਓ ਸ਼ੇਅਰ ਕਰੋ ਜਿਨ੍ਹਾਂ ਨੂੰ ਇਸ ਦਾ ਕੰਸਰਨ ਹੈਗਾ, ਜਿਨ੍ਹਾਂ ਦੇ ਸਾਰੇ ਸਲਿਊਸ਼ਨ ਇਸ 'ਚ ਹੈਗੇ ਨੇ। ਇਕੱਲੀ ਇਕੱਲੀ ਕੋਸ਼ਿਸ਼ ਕਰੋ, ਮੈਂ ਸਾਰੀ ਚੀਜ਼ ਡਿਸਕ੍ਰਾਈਬ ਕਰਾਂ ਅਤੇ ਆਰਾਮ ਨਾਲ ਠੰਡੇ ਦਿਮਾਗ ਨਾਲ ਸੁਣਿਓ ਵੀਡੀਓ, ਜਿਹੜੀ ਮੈਂ ਦੇਖਦਾ ਆਲਰੇਡੀ ਉਹਨਾਂ ਨੂੰ ਪਤਾ, ਔਰ ਜਿਹੜੇ ਨਿਊ ਵਿਊਅਰਸ ਨੇ ਤਾਂ ਉਹ ਪ੍ਰੋਪਰਲੀ ਦੇਖ ਲੈਣ, ਚੰਗੀ ਤਰ੍ਹਾਂ ਸਮਝ ਲੈਣ ਕਿ ਮੈਂ ਕੀ ਕਹਿਣਾ ਚਾਹੁੰਦਾ ਅਤੇ ਮੈਂ ਕਿਹੜੀ ਚੀਜ਼ਾਂ ਨੂੰ ਕਿੱਦਾਂ ਡਿਫਾਈਨ ਕਰਦਾ, ਕੀ ਇੰਪੋਰਟੈਂਟ ਹੈ, ਹੈ ਨਾ। ਅਤੇ ਜਿਨ੍ਹਾਂ ਬੱਚਿਆਂ ਦੇ ਕਮੈਂਟਸ ਆਏ ਹੋਏ ਸੀਗੇ ਕਿ ਸਰ ਸਾਨੂੰ ਦੱਸੋ ਇਸ ਦੇ ਬਾਰੇ, ਉਹਨਾਂ ਕੋਲ ਵੀਡੀਓ ਪਹੁੰਚ ਗਈ, ਇਸ ਦਾ ਮੈਨੂੰ ਕੀ ਪਤਾ ਲੱਗੂਗਾ ਕਿਉਂਕਿ ਮੇਰੇ ਲਈ ਬਹੁਤ ਚੀਜ਼ਾਂ ਜ਼ਰੂਰੀ ਨੇ ਕਿ ਉਹਨਾਂ ਲੋਕਾਂ ਕੋਲ ਵੀ ਵੀਡੀਓ ਪਹੁੰਚੇ ਜਿਨ੍ਹਾਂ ਨੂੰ ਇਸ ਦੀ ਲੋੜ ਹੈ ਜਾਂ ਆਉਣ ਵਾਲੇ ਟਾਈਮ 'ਚ ਲੋੜ ਪੈ ਸਕਦੀ ਹੈ। ਅਤੇ ਜਿਹੜੇ ਬੱਚਿਆਂ ਨੇ ਆਲਰੇਡੀ ਮੈਨੂੰ ਕਿਹਾ ਹੋਇਆ ਕਿ ਸਰ ਪਲੀਜ਼ ਪਾਓ ਵੀਡੀਓ ਦੱਸੋ, ਹੈ ਨਾ, ਉਹਨਾਂ ਬਾਰੇ ਪਾਈ ਆ, ਸੋ ਪਲੀਜ਼ ਮੈਨੂੰ ਕਮੈਂਟ ਕਰਕੇ ਆਪਣਾ ਮੈਸੇਜ ਤੁਸੀਂ ਲਿਖ ਸਕਦੇ ਹੋ, ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਸਰ ਡਨ, ਜਾਂ ਤੁਸੀਂ ਕਹਿ ਦਿਓ ਵੀ ਪ੍ਰੋਬਲਮ ਸੋਲਵਡ, ਠੀਕ ਹੈ, ਜਾਂ ਸੋਲਿਊਸ਼ਨ ਮਿਲ ਗਿਆ ਅਤੇ ਕੰਸਰਨ ਫਰੀ, ਵੀ ਆਰ ਨੋਟ ਕੰਸਰਨ ਫਰੀ, ਡਨ, ਓਕੇ ਸਰ, ਥੈਂਕ ਯੂ, ਵਟ ਐਵਰ ਯੂ ਥੈਂਕ ਯੂ ਦਾ ਕੋਈ ਚੱਕਰ ਨਹੀਂ, ਓਕੇ ਡਨ, ਇੱਦਾਂ ਤੋਂ ਕੁਛ ਲਿਖ ਦਿਓ, ਤੁਸੀਂ ਲਵ ਯੂ ਵੀ ਲਿਖ ਸਕਦੇ ਹੋ ਤੁਹਾਡੇ 'ਤੇ ਆਹ, ਠੀਕ ਹੈ ਜੀ। ਸੋ ਸੈਪਟੈਂਬਰ ਇਨਟੇਕ ਦੀ ਆਪਾਂ ਥੋੜ੍ਹੀ ਥੋੜ੍ਹੀ ਹੌਲੀ ਹੌਲੀ ਆਪਾਂ ਚੱਲਦੇ ਹਾਂ, ਸਾਰਾ ਕੁਛ ਮੈਂ ਡਿਫਾਈਨ ਕਰੂੰਗਾ, ਬਣੇ ਰਹੋ ਵੀਡੀਓ 'ਚ, ਰਾਈਟ। ਸੈਪਟੈਂਬਰ ਇਨਟੇਕ ਨੇੜੇ ਆ ਗਿਆ, ਕਲਾਸਿਸ ਸ਼ੁਰੂ ਹੋਣ 'ਚ ਮਹੀਨਾ ਡੇਢ ਮਹੀਨਾ ਰਹਿ ਗਿਆ, ਹੁਣ ਕੀ ਚੱਲ ਰਿਹਾ ਆਪਣਾ, ਜੁਲਾਈ ਚੱਲ ਰਿਹਾ ਜੀ, ਜੁਲਾਈ 22 ਜੁਲਾਈ ਹੋ ਗਈ, ਕਿੰਨਾ ਟਾਈਮ ਰਹਿ ਗਿਆ, 38 ਤੋਂ 40 ਦਿਨ ਰਹਿ ਗਏ ਆਪਣੇ ਕਲਾਸਿਸ ਦੇ। ਹਰੇਕ ਕਾਲਜ ਦੀ ਅਲੱਗ ਅਲੱਗ ਪੀ ਪੀ ਆਰ ਪੋਲਿਸੀ ਹੈ, ਕੁਝ ਕਾਲਜਿਸ ਦੀ ਹੈਗੀ ਸੀ ਵੀ ਤੁਸੀਂ ਸੇਮ ਕੈਂਪਸ ਨਾ ਲਓ, ਸਟਿੱਕ ਨਾ ਕਰੋ, ਜਿਵੇਂ ਨਾਇਕਰਾ ਨੇ ਕਿਹਾ ਸੀਗਾ ਵੀ ਆਉਣ ਦਾ ਲੈ ਕੈਂਪਸ ਲੈ ਲਓ, ਕੈਂਪਸ ਚੇਂਜ ਕਰ ਲਓ, ਤਾਂ ਕਿ ਤੁਹਾਨੂੰ ਅਸੀਂ ਫਾਇਦਾ ਵੀ ਦੇ ਰਹੇ ਸੀਗੇ ਸਟੂਡੈਂਟ ਦਾ ਸੋਚ ਕੇ, ਕਿਤੇ ਨਾ ਕਿਤੇ ਸੋਚਿਆ ਜਾਵੇ ਚੀਜ਼ ਸਹੀ ਵੀ ਹੈ, ਕਿਉਂਕਿ ਕਾਫੀ ਜ਼ਿਆਦਾ ਹੌਜ ਬੌਜ ਹੋਇਆ ਪਿਆ ਹਰੇਕ ਕਾਲਜਿਸ 'ਚ। ਇਟਸ ਨੋਟ ਓਨਲੀ ਅਬਾਊਟ ਸੈਂਟ ਕਲੇਅਰ, ਇਟਸ ਨੋਟ ਓਨਲੀ ਅਬਾਊਟ ਨਾਇਗਰਾ, ਇਟਸ ਨੋਟ ਓਨਲੀ ਅਬਾਊਟ ਅਲਫਾ ਟੋਰੋਂਟੋ ਕੈਂਪਸ, ਰਾਈਟ। ਸੋ ਸਾਰੇ ਕਾਲਜਿਸ 'ਚ ਇਹੀ ਹੈ, ਕਿਉਂਕਿ ਬੱਚੇ ਸਟੂਡੈਂਟਸ ਦੀ ਭਰਮਾਰ ਬਹੁਤ ਹੈ। ਹੁਣ ਤੁਸੀਂ ਦੇਖੋ ਜਿਹੜੇ ਬੱਚੇ ਹੁਣ ਸੈਪਟੈਂਬਰ ਇਨਟੇਕ 'ਚ ਅਪਲਾਈ ਕਰ ਰਹੇ ਨੇ, ਜਿਨ੍ਹਾਂ ਦਾ ਆਲਰੇਡੀ ਅਪਲਾਈਡ ਹੈ, ਸੋਰੀ, ਜਿਨ੍ਹਾਂ ਦਾ ਆਲਰੇਡੀ ਅਪਲਾਈਡ ਹੈ, ਜਿਹੜੇ ਸੋਚ ਰਹੇ ਨੇ ਅਸੀਂ ਸੈਪਟੈਂਬਰ 'ਚ ਕਲਾਸਿਸ ਲਵਾਂਗੇ, ਅਸੀਂ ਡੈਫਰਲ ਨਹੀਂ ਲੈਣਾ, ਅਸੀਂ ਲੇਟ ਲੈ ਲਾਂਗੇ, ਬਹੁਤ ਬੱਚੇ ਨੇ ਨਿਊਲੀ ਸਟੂਡੈਂਟਸ ਜਿਨ੍ਹਾਂ ਨੇ ਆਇਲਸ ਕਲੀਅਰ ਕਰ ਚੁੱਕੇ ਨੇ, ਪਲੱਸ ਦਾ ਰਿਜ਼ਲਟ ਅੱਜ ਆਇਆ, ਉਹ ਜੈਨ ਇਨਟੇਕ ਅਪਲਾਈ ਕਰਨਗੇ। ਕਈ ਕਾਲਜਿਸ ਕਹਿੰਦੇ ਨੇ ਵੀ ਤੁਸੀਂ ਅਪਲਾਈ ਕਰ ਦਿਓ ਰਿਜ਼ਲਟ, ਤੁਸੀਂ 5-7 ਦਿਨਾਂ ਬਾਅਦ ਤੁਸੀਂ ਰਿਜ਼ਲਟ ਸਾਨੂੰ ਦੇ ਸਕਦੇ ਹੋ, ਆਫ ਲੈਟਰ ਉਹਨਾਂ ਦਾ ਵੀ ਆਉਣਗੇ ਬੱਚਿਆਂ ਦੇ, ਰੀਅਪਲਾਈ ਕੇਸਿਸ ਨੇ, ਰਿਫਿਊਜ਼ ਕੇਸਿਸ ਨੇ। ਸੋ ਜੈਨ ਇਨਟੇਕ ਡਨ ਹੈ, ਬਹੁਤ ਮੁਸ਼ਕਲ ਨਾਲ 15-20 ਮਿੰਟ ਲਈ ਕਾਲਜਿਸ ਖੁੱਲ੍ਹਦੇ ਨੇ, ਯੂਨੀਵਰਸਿਟੀਜ਼ ਥੋੜ੍ਹਾ ਟਾਈਮ ਲਈ ਖੁੱਲ੍ਹਦੇ ਨੇ, ਫਿਰ ਬੰਦ ਹੋ ਜਾਂਦੀਆਂ ਨੇ। ਸੋ ਬੈਟਰ ਇਹੀ ਹੋਊਗਾ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਕਿ ਤਾਂ ਕਿ ਤੁਹਾਨੂੰ ਜੈਨ ਇਨਟੇਕ ਤੁਹਾਨੂੰ ਸਟਿੱਕ ਕਰਨਾ ਚਾਹੀਦਾ ਸੈਪਟੈਂਬਰ 'ਚ, ਜੈਨ ਇਨਟੇਕ ਦੀ ਵੇਟ ਕਰੋ, ਜਾਂ ਤੁਹਾਨੂੰ ਫਿਰ ਮੈਂ ਜਾਊਂਗੇ, ਜਿਹੜਾ 2-3 ਮਹੀਨੇ ਤੁਸੀਂ ਐਕਸਟਰਾ ਤੁਹਾਡੇ ਹੋਗੇ, 3-4 ਮਹੀਨੇ ਤੁਹਾਡੀ ਫਾਈਲ ਲੌਗਇਨ ਹੋਈ ਪਈ ਹੈ ਜੀ, ਸਾਰਾ ਕੁਛ ਅਪਡੇਟ ਹੋ ਗਿਆ, 15-20 ਦਿਨ ਤੁਹਾਡੀ ਪੀ ਪੀ ਆਰ ਪੋਲਿਸੀ ਹੈਗੀ ਕਾਲਜ ਦੀ, ਸੁਣ ਲਓ, 4-5 ਮਹੀਨੇ ਤੁਹਾਡੀ ਫਾਈਲ ਲੌਗਇਨ ਹੋ ਗਈ, ਸਾਰਾ ਕੁਛ ਅਪਡੇਟ ਹੈ, ਤੁਸੀਂ ਵੇਟ ਕਰ ਰਹੇ ਹੋ ਆਪਣੀ ਫਾਈਲ ਦੀ, ਵੀਜ਼ੇ ਦੀ, ਕਿ ਤੁਹਾਡਾ ਵੀਜ਼ਾ ਆ ਜੇ, ਠੀਕ ਹੈ, ਪੀ ਪੀ ਆਰ ਤੁਹਾਨੂੰ ਕਾਲਜ ਕਹਿ ਰਿਹਾ 15-20 ਦਿਨਾਂ ਦੇ ਵਿੱਚ ਸਾਨੂੰ ਪੀ ਪੀ ਆਰ ਭੇਜ ਦਿਓ, ਤੁਸੀਂ ਵੇਟ ਕਰ ਸਕਦੇ ਹੋ। ਅਗਰ ਉਸ ਪੀ ਪੀ ਆਰ ਦੀ ਡੇਟ ਲੰਘ ਜਾਂਦੀ ਹੈ ਤਾਂ ਤੁਹਾਨੂੰ ਜੈਨ ਇਨਟੇਕ ਮਿਲੂਗਾ, ਫਿਰ ਤੁਸੀਂ ਔਨਲਾਈਨ ਕਲਾਸਿਸ ਦਾ ਪੰਗੇ 'ਚ ਨਾ ਪਿਓ, ਬਾਕੀ ਤੁਹਾਡੇ 'ਤੇ ਮੇਰਾ ਕਹਿਣਾ, ਤੁਹਾਨੂੰ ਫਰਜ਼ ਹੈ ਬੱਚਿਓ, ਹਰੇਕ ਕਾਲਜ ਦੀ ਅਲੱਗ ਅਲੱਗ ਪੀ ਪੀ ਆਰ ਪੋਲਿਸੀ ਹੁੰਦੀ ਹੈ, ਕਿਸੇ ਦੀ ਅਗਸਤ 'ਚ ਹੈ, ਕਿਸੇ ਦੀ 4 ਜੁਲਾਈ ਸੀ ਜਿਵੇਂ ਨਾਇਗਰਾ ਦੀ, ਹੈ ਨਾ। ਸੋ ਨਾਇਗਰਾ ਦੇ ਬੱਚੇ ਜਿਨ੍ਹਾਂ ਬੱਚਿਆਂ ਦਾ ਵੀਜ਼ਾ ਆ ਚੁੱਕਿਆ ਉਹ ਹੁਣ ਕੈਂਪਸ ਚੇਂਜ ਕਰ ਰਹੇ ਨੇ, ਸੋ ਹਰੇਕ ਕੈਂਪਸ 'ਚ ਅਲੱਗ ਅਲੱਗ ਫਾਇਦਾ ਹੋ ਰਿਹਾ, ਕਿਸੇ ਕੈਂਪਸ 'ਚ ਤੁਹਾਨੂੰ 90-80 ਹਜ਼ਾਰ ਰੁਪਏ ਦੇ ਰਹੇ ਨੇ, ਕਿਤੇ 1.25 ਤੋਂ 1,25,000 ਤੋਂ 1,30-35 ਹਜ਼ਾਰ ਦਾ ਬੱਚੇ ਨੂੰ ਫਾਇਦਾ ਹੋ ਰਿਹਾ।
ਪੈਣੀ ਹੈ, ਆਵਾਜ਼ ਚੱਕਣੀ ਚਾਹੀਦੀ ਹੈ। ਅੱਜ ਉਹਨਾਂ ਦੇ ਕੱਲ੍ਹ ਨੂੰ ਆਪਣੇ ਦੇ ਵੀ ਚੀਜ਼ ਆ ਸਕਦੀ ਹੈ। ਇਹ 3 ਤੋਂ 4 ਮਹੀਨੇ ਵਾਲਾ ਜਿਹੜਾ ਮੈਂ ਸਿਸਟਮ ਕਹਿ ਕੇ ਹਟਿਆ, ਇਹ ਕਿਹੜੇ ਬੱਚਿਆਂ ਲਈ ਸਹੀ ਨਹੀਂ ਹੈਗਾ? ਜਿਨ੍ਹਾਂ ਨੇ ਜੂਨ ਜੁਲਾਈ 'ਚ ਫਾਈਲ ਲੌਗਇਨ ਕਰੀ ਹੋਵੇ ਨੇ। ਦੇਖੋ ਮੇਰੇ 1.5 ਮਹੀਨੇ 'ਚ ਬਹੁਤ ਪੋਸੀਬਿਲਟੀ ਘੱਟ ਆ ਬੱਚੇ 100 ਚੋਂ 1-2 ਹੀ ਕੇਸ ਨੇ ਜਿਹਨਾਂ ਦੇ ਰਿਜ਼ਲਟ ਆ ਜਾਣ, ਕਿਉਂਕਿ ਬੈਕਲੋਗ ਵੀ ਬਹੁਤ ਇਕੱਠਾ ਹੋਇਆ ਪਿਆ, ਭਾਵੇਂ ਨਿਊ ਟੀਮ ਇੰਟਰੋਡਿਊਸ ਕੀਤੀ ਹੋਈ ਹੈ। ਬੈਕਲੋਗ ਦੇ ਕੰਮ ਹੋਣਾ ਸ਼ੁਰੂ ਹੋ ਰਿਹਾ, ਉਹਦੇ ਬਾਰੇ ਆਪਾਂ ਬਾਅਦ ਗੱਲ ਕਰਾਂਗੇ। ਬਟ ਜਿਹੜੇ ਸਟੂਡੈਂਟ ਨੇ ਜੂਨ ਜੁਲਾਈ 'ਤੇ ਕੀਤਾ ਹੋਇਆ, ਉਹਨਾਂ ਦੀ ਫਾਈਲ ਰਿਸਕੀ ਹੈ। ਕਲਾਸਿਸ ਤੋਂ ਪਹਿਲਾਂ ਇੱਕ ਵਾਰੀ ਕਾਲਜ ਤੋਂ ਕਨਫਰਮੇਸ਼ਨ ਲੈ ਲਓ ਕਿ ਸਾਨੂੰ ਇਨਟੇਕ ਡੈਫਰਲ ਸਾਨੂੰ ਚਾਹੀਦਾ, ਜੈਨ ਇਨਟੇਕ। ਔਰ ਇਨਟੇਕ ਇੱਥੇ ਇਕੱਲਾ ਜ਼ਰੂਰੀ ਨਹੀਂ ਹੈਗਾ, ਡੈਫਰਲ ਜ਼ਰੂਰੀ ਨਹੀਂ ਹੈਗਾ। ਉਧਰੋਂ ਤੁਸੀਂ ਡੈਫਰਲ ਮੰਗੋ, ਜਦੋਂ ਉਹਨਾਂ ਨੇ ਤੁਹਾਨੂੰ ਐਲਓਏ ਦੇਣੀ ਹੈ, ਇੱਧਰੋਂ ਕਾਲ, ਇੱਧਰੋਂ ਅੰਬੈਸੀ ਤੁਹਾਡੀ ਫਾਈਲ ਚੱਕੇ, ਤੁਸੀਂ ਇੰਟੀਮੇਸ਼ਨ ਵੀ ਨਹੀਂ ਦਿੱਤੀ ਅੰਬੈਸੀ ਨੂੰ, ਆਪਾਂ ਕਹਿੰਦੇ ਵੀ ਚਲੋ ਆਪਾਂ ਐਲਓਏ ਲੈ ਕੇ ਰੱਖ ਲਈਏ, ਪ੍ਰੋਬਲਮ ਇੱਥੇ ਨਹੀਂ ਆਉਂਦੀ। ਸਹੀ ਹੈ, ਕਨਿੰਗ ਡਿਸੀਜਨ ਹੈ, ਵਾਈਜ਼ ਡਿਸੀਜਨ ਹੈ, ਬਟ ਹੋਰ ਵਾਈਜ਼ ਡਿਸੀਜਨ ਕਿੱਦਾਂ ਹੋਊਗਾ? ਇੱਕ ਵਾਰੀ ਤੁਸੀਂ ਕਾਲਜ ਤੋਂ ਕਨਫਰਮੇਸ਼ਨ ਲੈ ਲਓ ਵੀ ਕੀ ਜਿਹੜਾ ਸਾਡਾ ਸੈਪਟੰਬਰ ਦਾ ਐਲਓਏ ਅੰਬੈਸੀ 'ਚ ਪਿਆ, ਅਸੀਂ ਹਾਂ ਸੈਪਟੰਬਰ 'ਚ ਨਹੀਂ ਆ ਸਕਦੇ, ਹੁਣ ਟਾਈਮ ਸਾਡੇ ਕੋਲ ਘੱਟ ਹੈ, ਅਸੀਂ ਜੈਨ 'ਚ ਆ ਰਹੇ ਹਾਂ ਜਾਂ ਮੈਂ 'ਚ ਆ ਰਿਹਾ, ਵਟ ਐਵਰ, ਕੈਂਪਸ ਚੇਂਜ ਕਰ ਰਿਹਾ, ਕੋਰਸ ਚੇਂਜ ਕਰ ਰਿਹਾ, ਵਟ ਐਵਰ ਇਟ ਇਜ਼, ਰਾਈਟ? ਕੀ ਸਾਡਾ ਜਿਹੜਾ ਆਲਰੇਡੀ ਸੈਪਟੰਬਰ 'ਚ ਐਲਓਏ ਪਿਆ ਉਹ ਕਿਤੇ ਰਿਵੋਕ ਤਾਂ ਨਹੀਂ ਕਰ ਰਹੇ ਤੁਸੀਂ? ਫਿਰ ਕਿਤੇ ਸੈਂਟਕਲੇਅਰ ਵਾਲਾ ਪੰਗਾ ਜੇ ਫਿਰ ਵੀਡੀਓ 'ਤੇ ਵੀਡੀਓ ਬਣਦੀਆਂ ਰਹਿਣ, ਉਹ ਕਨਫਰਮੇਸ਼ਨ ਤੁਸੀਂ ਕਾਲਜ ਤੋਂ ਲੈ ਲਿਓ, ਆਪਣੇ ਏਜੰਟ ਨੂੰ ਕਹਿ ਦਿਓ। ਅਗਰ ਉਹ ਨਹੀਂ ਕਰ ਰਹੇ ਤਾਂ ਤੁਸੀਂ ਆਪ ਉੱਥੇ ਜਾ ਕੇ ਕੋਲ ਬੈਠ ਕੇ ਕਹੋ ਵੀ ਹਾਂਜੀ ਸਰ ਕਰ ਦਿਓ, ਠੀਕ ਹੈ ਜੀ? ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਬਹੁਤ ਮੈਸੇਜ ਆ ਰਹੇ ਨੇ ਮੈਨੂੰ ਇਹ ਚੀਜ਼ਾਂ ਨੂੰ ਲੈ ਕੇ। ਸੋ ਸੈਕਿੰਡ ਪੁਆਇੰਟ ਆ ਗਿਆ ਜੀ, ਕਾਲਜ ਦੀ ਡੈਫਰ ਪੋਲਿਸੀ ਦੇ ਅਕੋਰਡਿੰਗ ਠੰਡੇ ਦਿਮਾਗ ਨਾਲ ਚੱਲੋ ਕਿ ਕਾਲਜ ਦੀ ਡੈਫਰ ਪੋਲਿਸੀ ਤੁਹਾਨੂੰ ਕੀ ਕਹਿ ਰਹੀ ਹੈ। ਤੁਹਾਡਾ ਵੀਜ਼ਾ ਆਏ ਨਹੀਂ ਹੈਗਾ, ਜੇ ਤੁਹਾਨੂੰ ਲੱਗਦਾ ਵੀਜ਼ਾ ਆ ਸਕਦਾ, ਦੇਖੋ ਲੱਗਣਾ ਨਾ ਲੱਗਣਾ ਬਾਅਦ ਦੀ ਗੱਲ ਹੈ। ਇਹ ਹੋ ਸਕਦਾ ਕਿ ਅਗਰ 10 ਬੱਚਿਆਂ ਦਾ ਵੀਜ਼ਾ ਤੁਸੀਂ ਅਪਲਾਈ ਕੀਤੇ ਹੋਏ ਨੇ, ਤੁਸੀਂ ਮਤਲਬ 10 ਬੱਚਿਆਂ ਦੇ ਨਾਲ ਤੁਸੀਂ ਵੀਜ਼ਾ ਅਪਲਾਈ ਕੀਤੇ ਹੋ ਨੇ, ਸਾਰੇ ਤੁਸੀਂ ਫਰੈਂਡ ਸਰਕਲ ਹੋ, ਤੁਸੀਂ 9-9 ਇੱਕੋ ਡੇਟ ਨੂੰ ਤੁਸੀਂ ਲੌਗਇਨ ਕੀਤਾ, ਤਾਂ ਪੋਸੀਬਿਲਿਟੀ ਹੋ ਸਕਦੀ ਹੈ ਕਿ 80-90% ਸ਼ਿਓਰਟੀ ਹੈਗੀ ਕਿ ਤੁਹਾਡਾ ਰਿਜ਼ਲਟ ਆ ਜਾਏ। ਬਟ ਪ੍ਰੋਬਲਮ ਕੀ ਹੈ, ਜਿਹੜੇ ਬੱਚਿਆਂ ਨੇ ਮੇ 'ਚ ਫਾਈਲ ਲੌਗਇਨ ਕੀਤੀਆਂ ਨੇ, ਹੁਣ ਫਾਈਨਲੀ ਮੇ ਦਾ ਕੰਮ ਹੋਣਾ ਸ਼ੁਰੂ ਹੋ ਗਿਆ। ਮੇਰੇ ਵੀ 4-5 ਬੱਚਿਆਂ ਦੇ ਵੀਜ਼ਾਜ਼ ਆਏ ਨੇ, ਮੈਂ ਵੀਜ਼ਾਜ਼ ਇਕੱਠੇ ਕਰ ਰਿਹਾ ਕਿ ਸਾਰੇ ਮੇ ਵਾਲੇ ਵੀਜ਼ਾਜ਼ ਆਉਣ, ਫਿਰ ਮੈਂ ਇੱਕ ਯੂਟਿਊਬ ਉੱਪਰ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੂੰਗਾ, ਉਹਨਾਂ ਦਾ ਇਕੱਠਾ ਹੀ ਪਟਾਕਾ ਪਾਵਾਂਗੇ, ਠੀਕ ਹੈ? ਕਿਉਂਕਿ ਜਿਹੜਾ ਬੱਚੋ ਜੈਨ ਟੇਕ ਹੈ ਨਾ, ਜੈਨ ਟੇਕ ਆਲਮੋਸਟ ਫੁੱਲ ਹੈ, ਮੈਂ ਵਾਰੀ ਤੁਹਾਨੂੰ ਕਹਿ ਰਿਹਾ। ਬੈਟਰ ਇਹੀ ਹੋਊਗਾ ਕਾਲਜ ਤੋਂ ਤੁਸੀਂ ਜਾਂ ਕੈਂਪਸ ਤੋਂ ਤੁਹਾਡਾ ਜਿਹੜਾ ਹੈਗਾ ਸੇਮ ਕੋਰਸ ਮਿਲ ਰਿਹਾ, ਤੁਸੀਂ ਉਹਨਾਂ ਤੋਂ ਸੈਪਟੰਬਰ ਦਾ ਲਾਲਚ ਨਾ ਕਰਦੇ ਹੋ, ਕਨਫਰਮੇਸ਼ਨ ਲੈ ਲਓ। ਉੱਧਰੋਂ ਤੁਸੀਂ ਉਹਨਾਂ ਨੂੰ ਪੁੱਛ ਲਓ ਵੀ ਜਿਹੜੀ ਸਾਡੀ ਸੈਪਟੰਬਰ ਦਾ ਐਲਓਏ ਗਈ ਹੋਈ ਹੈ, ਅਸੀਂ ਉਸ 'ਚ ਵੀ ਜਾ ਸਕਦੇ ਹਾਂ ਅਗਰ ਸਾਡਾ ਵੀਜ਼ਾ ਆ ਜਾਏ, ਅਗਰ ਕਾਲਜ ਤੁਹਾਡੀ ਗੱਲ ਮੰਨਦਾ। ਉਸ ਨੂੰ ਰਿਵੋਕ ਨਾ ਕਰਿਓ, ਉਹ ਰਿਵੋਕ ਕਰਨਗੇ, ਫੇਅਰਨੈਸ ਪ੍ਰੋਸੀਜਰ ਲੈਟਰ ਜਿਹਨੂੰ ਆਪਾਂ ਲਵ ਲੈਟਰ ਦਿੰਦੇ ਹਾਂ, ਫਿਰ ਲਵ ਲੈਟਰ ਆਜੂਗਾ, ਫਿਰ 15-20 ਦਿਨ ਲੱਗਣਗੇ। ਮਨੀ ਇਜ਼ ਨੋਟ ਐਵਰੀਥਿੰਗ, ਐਵਰੀਥਿੰਗ ਇਜ਼ ਯੋਰ ਟਾਈਮ, ਟਾਈਮ ਇਜ਼ ਐਵਰੀਥਿੰਗ, ਰਾਈਟ? ਸੋ ਟਾਈਮ ਹੋ ਗਿਆ, ਟਾਈਮ ਤੋਂ ਜ਼ਿਆਦਾ ਇੰਪੋਰਟੈਂਟ ਕਿਹੜੀ ਚੀਜ਼ ਹੈ? ਤੁਹਾਡੀ ਸਿਹਤ, ਸਟ੍ਰੈਸ ਫੈਕਟਰ, ਤੁਹਾਡਾ ਪੈਨਿਕ ਹੋ ਜਾਊਗਾ, ਹਾਂਜੀ ਆਹ ਕੀ ਹੋ ਗਿਆ, ਉਹ ਕੀ ਹੋਊਗਾ, ਜਿੱਦਾਂ ਆਪਾਂ ਪਹਿਲਾਂ ਹੋ ਗਏ ਹੇਠ 4-5 ਮਹੀਨੇ ਪਹਿਲਾਂ, ਹੈ ਨਾ? ਸੋ ਜਿਹੜੇ ਬੱਚਿਆਂ ਦਾ ਵੀਜ਼ਾ ਆ ਗਿਆ ਉਹ ਕੀ ਕਰਨ? ਕਾਲਜ ਕਹਿੰਦਾ ਵੀ ਤੁਸੀਂ ਜੈਨ ਇਨਟੇਕ ਲੈ ਲਓ। ਉਹਨਾਂ ਬੱਚਿਆਂ ਦੀ ਮੈਂ ਗੱਲ ਕਰ ਰਿਹਾ ਜਿਹੜੇ ਬੱਚਿਆਂ ਦਾ ਵੀਜ਼ਾ ਆ ਗਿਆ ਸੈਪਟੈਂਬਰ ਇਨਟੇਕ ਦਾ, ਕਾਲਜ ਕਹਿ ਰਿਹਾ ਕਿ ਸੈਪਟੈਂਬਰ ਇਨਟੇਕ ਤੁਸੀਂ ਵੈਲਕਮ ਨਹੀਂ ਹੈਗੇ, ਜਿਹੜਾ ਤੁਸੀਂ ਐਲਓਏ ਤੁਹਾਨੂੰ ਮਿਲਿਆ ਸੀਗਾ। ਬੈਟਰ ਟੂ ਚੇਂਜ ਯੋਰ ਕੋਰਸ ਫੋਰ ਸੇਮ ਕੈਂਪਸ ਔਰ ਸੇਮ ਕੋਰਸ ਗੋ ਫੋਰ ਅਨਦਰ ਕੈਂਪਸ। ਇਹੀ ਕੈਂਪਸ ਰੱਖਣਾ, ਕੋਰਸ ਚੇਂਜ ਕਰ ਲਓ ਜੀ, ਉਹ ਕੋਰਸ ਤੁਹਾਡਾ ਡਨ ਹੋਊਗਾ, ਫਿੱਲ ਹੋ ਗਿਆ ਸੀਟਸ, ਨੋ ਮੋਰ ਸੀਟਸ ਅਵੇਲੇਬਲ ਫੋਰ ਦ ਸੇਮ ਕੋਰਸ, ਠੀਕ ਹੈ? ਜਾਂ ਤੁਸੀਂ ਕੈਂਪਸ ਚੇਂਜ ਕਰ ਲਓ, ਉੱਥੇ ਤੁਹਾਨੂੰ ਉਹੀ ਕੋਰਸ ਮਿਲ ਜੂਗਾ। ਹੁਣ ਚੋਇਸ ਤੁਹਾਡੀ ਹੈ, ਤੁਸੀਂ ਕੀ ਕਰਨਾ। ਅਗਰ ਤੁਸੀਂ ਸਟਿੱਕ, ਅਗਰ ਬੱਚੇ ਤੁਸੀਂ ਨਾ ਸਟਿੱਕ ਕਰਨੀ ਕਰਨਾ ਵੀ ਅਸੀਂ ਤਾਂ ਜੀ ਸੈਪਟੈਂਬਰ ਇਨਟੇਕ ਜਾਣਾ, ਠੀਕ ਹੈ? ਉਸ ਤੋਂ ਬਾਅਦ ਤੁਸੀਂ ਅੰਬੈਸੀ ਨੂੰ ਅਪਡੇਟ ਕਰ ਦੋਗੇ ਕਿ ਅਸੀਂ ਆਹ ਐਲਵੇ ਕਰ ਲਿਆ, ਆਹ ਕਾਲਜ ਦੇ ਨਾਲ ਇਹ ਹੋਊਗਾ, ਜੋ ਤੁਹਾਡੀ ਕਾਲਜ ਨਾਲ ਤੁਹਾਡੀ ਵਾਰਤਾਲਾਪ ਹੋਈ ਹੈ। ਸਪੋਜ਼ ਮੈਂ ਕਾਲਜ ਨੂੰ ਕਹਿ ਤਾ ਵੀ ਹਾਂਜੀ ਮੈਨੂੰ ਸੈਪਟੈਂਬਰ, ਮੇਰਾ ਪੀ ਪੀ ਆਰ ਪੋਲਿਸੀ ਆ ਗਈ, ਆਈ ਹੈਵ ਰਿਸੀਵਡ ਮਾਈ ਪੀ ਪੀ ਆਰ, ਸੋ ਕਾਇੰਡਲੀ, ਹੈ ਨਾ, ਵੀ ਮੇਰੀ ਪੀ ਪੀ ਆਰ ਹੈਗੀ ਤੋ ਮੈਂ ਆਉਣਾ। ਅਗਰ ਤੁਹਾਨੂੰ ਕਾਲਜ ਕਹਿ ਰਿਹਾ ਕਿ ਨਹੀਂ ਤੁਸੀਂ ਨਹੀਂ ਆ ਸਕਦੇ ਹੈਗੇ, ਤੁਸੀਂ ਕੋਰਸ ਚੇਂਜ ਕਰ ਲਓ ਜਾਂ ਕੈਂਪਸ ਚੇਂਜ ਕਰ ਲਓ, ਉਹਦਾ ਜਿਹੜਾ ਮੇਲ ਹੈ ਉਹਦੀ ਸਕਰੀਨਸ਼ਾਟ, ਨਵਾਂ ਐਲਓਏ ਜੋ ਤੁਹਾਨੂੰ ਨਵਾਂ ਐਲਓਏ ਮਿਲੂਗਾ। ਅਗਰ ਡੀ ਐਲ ਆਈ ਚੇਂਜ ਹੈ ਤੁਸੀਂ ਡੀ ਐਲ ਆਈ ਦਾ ਲੈ ਲਿਓ, ਅਗਰ ਐਲਓਏ ਚੇਂਜ ਤੁਸੀਂ ਉਹ ਆਪਣਾ ਐਲਓਏ ਮਤਲਬ ਉਹਦਾ ਕਵਰਅਪ ਕਰਕੇ ਸਾਰਾ ਕੁਝ ਲੈਟਰ ਐਕਸਪਲੇਨੇਸ਼ਨ ਲਗਾ ਕੇ, ਵੀਡੀਓ ਆਲਰੇਡੀ ਮੈਂ ਬਣਾਈ ਹੋਈ ਨੇ ਤਾਂ ਹੀ ਮੈਂ ਜਲਦੀ ਬੋਲ ਰਿਹਾ, ਉਹ ਤੁਸੀਂ ਅੰਬੈਸੀ ਨੂੰ ਅਪਡੇਟ ਕਰ ਦਿਓ। ਇਹ ਨਹੀਂ ਕੋਈ ਨਹੀਂ ਜੀ ਕਰ ਦਾਂਗੇ, ਨਹੀਂ ਇੱਦਾਂ ਦੀ ਚੀਜ਼ਾਂ ਨਾ ਕਰਿਆ ਕਰੋ, ਨਾ ਹੁਣ ਕਿਸੇ ਦੇ ਪਿੱਛੇ ਨਾ ਲੱਗਿਆ ਕਰੋ। ਜਿਹੜੀਆਂ ਮੇਰੀ ਵੀਡੀਓ ਦੇਖ ਰਹੇ ਨੇ ਤਾਂ ਸਿਰਫ ਉਹੀ ਚੀਜ਼ਾਂ 'ਤੇ ਧਿਆਨ ਦਿਓ ਜੋ ਤੁਹਾਨੂੰ ਮੈਂ ਦੱਸਦਾ। ਸੋ ਇੱਕ ਚੀਜ਼ ਆ ਹੋਈ ਜੀ, ਸੈਪਟੈਂਬਰ ਆ ਗਿਆ, ਕਾਲਜ ਆ ਗਿਆ, ਜਿਨ੍ਹਾਂ ਦਾ ਵੀਜ਼ਾ ਆ ਗਿਆ, ਪੁਆਇੰਟਸ ਲਿਖੇ ਹੋਏ ਨੇ, ਬਹੁਤ ਜ਼ਰੂਰੀ ਸੀਗੀ ਵੀਡੀਓ ਇਹ। ਹਾਂਜੀ, ਜੈਨ ਇਨਟੇਕ ਮੈਂ ਅਗੇਨ ਆਈ ਵੁੱਡ ਸੁਜੈਸਟ ਯੂ ਗਾਈਜ਼, ਜੈਨ ਇਨਟੇਕ ਤੁਹਾਨੂੰ ਕਾਲਜ ਕਹਿ ਰਿਹਾ, ਬੈਟਰ ਇਹੀ ਹੋਊਗਾ ਕਿ ਤੁਸੀਂ ਜੈਨ ਇਨਟੇਕ 'ਚ ਚੱਲ ਜਾਓ। ਸੋ ਹੁਣ ਆਪਣੀ ਪੀ ਪੀ ਆਰ ਪੋਲਿਸੀ ਕੀ ਹੈ, ਪੀ ਪੀ ਆਰ ਪੋਲਿਸੀ ਕੀ ਹੈ ਫਾਈਨਲੀ, ਸੋਰੀ ਪੀ ਪੀ ਆਰ ਟ੍ਰੈਂਡ ਕੀ ਹੈ।
नवंबर दिसंबर की फाइल्स हिलनिया शुरू हो गई है मेरे खुद पे ने बेटा उत्ते खुद पे ने उत्ते ठीक है नवंबर दिसंबर दी फाइल्स का काम होना शुरू हो गया थोड़ा जि हिलजुल जी लग रही है लग रहा उम्मीद की जा सकती है कि जेड़े हूँ न्यूली केसिस हो जो बच्चे हूँ लगाएंगे या पिछले मत लगा चुके इन्हों का काम थोड़ा जा लेट हो बजाय इन्ह के कारण तो बैकलॉग चक्या जाऊगा या मे अप्रैल देके जिहड़े लॉगिन फाइल्स ने उन्होंने चक्या जाऊगा। हाँ मैं छड के एम्बेसी ने की किया अप्रैल तो बाद सीधा जून च आ गए थे मे तो थोड़े जे घट सके हूँ मे का रिजल्ट्स आने स्टार्ट हो गए बहुत बच्चों के आए हैं मेरे चार पाँच बच्चे रिजल्ट्स आ गए। सो यही है कि वीडियो बनाते बनाते कि कदे बच्चे की होर पी पी आर आ जाए क्योंकि बहुत बच्चों ने मैं लगाए हुए थे मे इनटेक के सॉरी मे च लॉगिन की मैंने बहुत परसनली प्रॉब्लम मतलब सीगा टेंशन मैं है ना भी की बनूंगा। सो यी अपडेट सारा कुछ मैं तुम्हें वीडियो डिस्क्राइब कर चुका अगर फिर भी कोई अद्धा पॉइंट रह गया तो लिख दो। एक हाँ एक मैं बच्चे की कॉल आई थी तो एक सेंट क्लेयर ने किया हो देखो सैप्टेंबर डन है जी भुल जाओ जैन इंटेक भुल जाओ बाकी कॉलेजेस का हूँ मैं इनटेक ले भी कॉलेज एक नवी पी पी आर पॉलिसी इंट्रोड्यूस कर रहा है थोड़े लिए नवी पी पी आर पॉलिसी इंट्रोड्यूस कर रहा है पी पी आर पॉलिसी तुम्हें शो करेगा उदों जदों थोड़ी फाइल लॉगिन करती क्योंकि मेरा वीज़ा आया हुआ जी मैं कॉलेज दूंगा मैं इनटेक आ जाओ तुहाडा हाले तुसीं फाइल लॉगिन नहीं की है ना लॉगिन डिटेल्स पी पी आर सारा कुछ तुहाडे तों मंगणगे भी तुहानूं 15 या 20 दिन 20 तरीक तक तुसीं पी पी आर सबमिट करवाओ। सर ये तो सारे नाल हुंदा महीना डेढ़ महीना पहला जी चार पाँच महीने पहला दी पॉलिसी कॉलेज शुरू करनगे ही करनगे मैं तुहानूं अज ही दस रहा। सेंट क्लेयर का की चक्कर है जी सेंट क्लेयर ने कहा भी अगस्त के विच तुसीं डेडलाइन है तुहाडी फीस की फीस तुसीं पे करो तां ही तुहानूं असीं मेन टेक देवांगे अदरवाइज तुहानूं मैं टेक नहीं देंगे। हूँ इतने आप गल कही सेंट क्लेयर कोई धक्का कर रहा है की कर रहा है इट्स नॉट ओनली अबाउट सेंट क्लेयर इट्स अबाउट ऑल कॉलेजिस ऑल यूनिवर्सिटीज़ क्योंकि सारे कितने भरया पाया सारा कुछ तो उन्होंने कोई ना कोई अपनी पॉलिसी बच्चे लैके आनी ही आनी पैनी है बट यह भी चीज़ है कि 10 महीने असी पैसा चक के लावे व्याज सहना पेगा स्ट्रैस रहना पेगा। देखो सोचा जाए गल कितना कितने सही भी है गलत भी है तुसी बैटर रही होगा ज़्यादा तो उस पर्टिकुलर कॉलेज तो चेंज करके किसी होर चल जाओ अगर उस कॉलेज जाना तो तुम 9-10 महीने पहला तुम्हें फीस भरनी ही भरनी पेगी। इससे मैं प्रॉपर एक वीडियो नैक्सट लेके आऊँगा बहुत जल्दी। सो यी वीडियो देख ली उन्होंने जरूर शेयर करो अगर थोड़े कंसर्न ठीक हो गए जो जो बच्चों के कमेंट्स मैं आते प्लीज़ मैं कमेंट करके दस दो कि सर साडा कंसर्न दूर हो चुका है यही है सारा कुछ ऑल एंड ऑल। सो कुछ चीज़ा रही नहीं जो थोड़ू दसनिया रह गई हूँ ठीक है जी। सो नैक्सट वीडियो आप डिस्कस करा हाँ जी एक होर इंपोर्टेंट चीज़ ऑनलाइन आयल्स क्लासेस का साढ़े बैच चल रहे हैं एक नवा बैच अभी शुरू करा होपफुली हो सकता एक जी 5 तरीक तो शुरू करी मैं परसनली पढ़ा बच्चों 3-5। सो जोड़े भी स्टूडेंट्स ने ऑनलाइन क्लासेस लैनिया चाहते हैं सो वह नचेते नंबर पर कॉल करके अपनी सीट कन्फर्म कर लैन। थैंक यू टिल दैन टेक केयर गुड बाय रब रखा।